ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਹਿਮੇ ਚੱਕ, ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼ੁਭਮ ਭਾਰਦਵਾਜ ਜੀ ਦੀ ਅੱਜ ਵਿਸ਼ੇਸ਼ ਮੀਟਿੰਗ ਹੋਈ। ਉਹਨਾਂ ਨੇ ਵਿਸ਼ੇਸ਼ ਮੀਟਿੰਗ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸਾਡਾ ਪਾਰਟੀ ਦੇ ਕਮੇਟੀ ਮੈਂਬਰਾਂ ਦਾ ਮੈਂ ਧੰਨਵਾਦ ਕਰਦਾ ਹਾਂ, ਅਤੇ ਜਿੰਨੇ ਵੀ ਸਤਿਕਾਰਯੋਗ ਤੁਸੀਂ ਮੇਰੇ ਭੈਣ ਭਰਾ ਬਜ਼ੁਰਗ ਇੱਥੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪਾਰਟੀ ਨੇ ਵੇਖੋ ਜੀ, ਮੇਨ ਮਕਸਦ ਮੀਟਿੰਗਾਂ ਦੇ ਇਹ ਨੇ, ਜਿਹੜੇ ਵੀ ਪਿੰਡਾਂ ਦੇ ਕੋਈ ਕੰਮ ਕਾਰ ਰਹਿੰਦੇ ਨੇ ਜਾਂ ਕੰਮ ਕਾਰ ਪਿੰਡਾਂ ਦੇ ਨਹੀਂ ਹੋਏ, ਪਿਛਲੀਆਂ ਪਾਰਟੀਆਂ ਨੇ ਕਿੰਨੇ ਤੁਹਾਨੂੰ ਲਾਰੇ ਲਾਏ ਆ ਅਤੇ ਕੰਮ ਕਿਸੇ ਨੇ ਵੀ ਨਹੀਂ ਕਰਾਇਆ, ਇਲੈਕਸ਼ਨ ਦੀ ਇਲੈਕਸ਼ਨ ਤੁਹਾਨੂੰ ਵਾਅਦਾ ਕਰਕੇ ਚਲ ਜਾਂਦੇ ਨੇ, ਅਤੇ ਮੁੜ ਕੇ ਕੰਮ ਕੋਈ ਨਿਗਾ ਮੁੱਦਾ ਹੱਲ ਹੁੰਦਾ। ਜਦੋਂ ਵੀ ਕਿਸੇ ਵੀ ਪਿੰਡ 'ਚ ਜਾਈਦਾ, ਹਰ ਇੱਕ ਦਾ ਇਹੋ ਐਲਾਨ ਹੁੰਦਾ ਜਾਂ ਛੱਪੜ ਖਰਾਬ ਆ ਜੀ, ਗਲੀਆਂ ਡੁੱਬੀਆਂ ਨੇ, ਮੱਛਰ ਆ, ਡੇਂਗੂ ਨਾਲ ਬੁਰਾ ਹਾਲ ਹੈ ਲੋਕਾਂ ਦਾ, ਸਿਹਤ ਵਿਭਾਗ ਖਰਾਬ ਆ। ਹੁਣ ਸਾਡੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਡੇ, ਉਹਨਾਂ ਨੇ ਪਿੰਡ ਪਿੰਡ ਮਹੱਲਾ ਕਲੀਨਿਕ ਖੋਲ੍ਹਣੇ ਨੇ, 400 ਮਹੱਲਾ ਕਲੀਨਿਕ ਬਣ ਗਏ। ਸਰਕਾਰੀ ਹੋਸਪਿਟਲ 'ਚ ਖੁੱਲ੍ਹਾ ਸੀ ਜੇ, ਉਹ ਹੁਣ ਸ਼ਿਫਟ ਹੋ ਕੇ ਧਿਆਨਪੁਰ ਜਾ ਰਿਹਾ, ਠੀਕ ਆ ਜੀ। ਬਾਕੀ ਤੁਹਾਨੂੰ ਵੀ ਜਿਹੜੇ ਪਿੰਡਾਂ ਨੂੰ ਮਹੱਲਾ ਕਲੀਨਿਕ ਦੀ ਲੋੜ ਆ, ਲਾਗੇ ਲੱਗਦੇ ਨੇ, ਵੱਡਾ ਜਿਹੜਾ ਪਿੰਡ ਪੈਂਦਾ ਉੱਥੇ ਤੁਸੀਂ ਮਹੱਲਾ ਕਲੀਨਿਕ ਖੁੱਲ੍ਹਾ ਸਕਦੇ ਹੋ। ਜਿਹਨੂੰ ਕੋਈ ਸੇਵਾ ਕੇਂਦਰ ਦੀ ਲੋੜ ਹੈ, ਲਾਗੇ ਪਿੰਡ ਇਕੱਠੇ ਜੁੜਦੇ ਨੇ, ਜ਼ਰੂਰਤ ਆ ਤੁਹਾਨੂੰ, ਉਹ ਸੇਵਾ ਕੇਂਦਰ ਲੈ ਸਕਦੇ ਜੇ। ਜਾਂ ਕਿਸੇ ਦੀ ਭੈਣ ਭਰਾ ਦੀ ਸ਼ਗਨ ਸਕੀਮ ਨਾ ਆਈ ਹੋਵੇ, ਉਹ ਪ੍ਰਧਾਨ ਉਹਨਾਂ ਨੂੰ ਦੱਸੋ, ਸਾਨੂੰ ਇਹ ਦੱਸਣਗੇ, ਅਸੀਂ ਉਹ ਵੀ ਤੁਹਾਡੀ ਸ਼ਗਨ ਸਕੀਮਾਂ ਦੀ ਫਾਈਲਾਂ ਵੀ ਪਾਸ ਕਰਾਵਾਂਗੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੈਸੇ ਨਹੀਂ ਗਏ ਪਾਏ। ਸਰਕਾਰ ਸਾਡੀ ਨੇ ਵਾਅਦਾ ਕੀਤਾ ਸੀ 22,000 ਤੋਂ 51,000 ਸ਼ਗਨ ਸਕੀਮ ਦੇਵਾਂਗੇ, ਅਤੇ 51,000 ਹੀ ਆ, ਥੋੜ੍ਹੇ ਦਿਨ ਹੋਏ ਆ ਸ਼ਗਨ ਸਕੀਮਾਂ ਪਈਆਂ, 51,000 ਖਾਤਿਆਂ 'ਚ ਵਾਅਦੇ ਮੁਤਾਬਕ। ਅਤੇ ਪੈਨਸ਼ਨ ਵੀ ਤੁਹਾਨੂੰ ਪਤਾ ਬੁਢਾਪਾ 1500 ਤੋਂ 2500 ਹੋ ਗਈ ਆ, ਐਲਾਨ ਹੋ ਗਿਆ ਆ 2500 ਹੀ ਪੈਨਸ਼ਨ ਆਵੇਗੀ, ਜੋ ਸਰਕਾਰ ਦਾ ਵਾਅਦਾ ਆ। ਬਾਕੀ ਤੁਹਾਨੂੰ ਕੋਈ ਵੀ ਕੰਮ ਕਾਰ ਪੈਂਦਾ ਆ, ਕੰਮ ਨਹੀਂ ਹੱਲ ਹੁੰਦਾ, ਕੋਈ ਅਫਸਰ ਤੁਹਾਡੀ ਸੁਣਵਾਈ ਨਹੀਂ ਕਰਦਾ, ਟੈਲੀਫੋਨ ਕਰੋ, ਮਾਸਟਰ ਔਨ ਕਰ ਲਓ, ਤੁਸੀਂ ਸਾਰੇ ਮੋਹਤਵਰ ਆਗੂ ਬੈਠੇ ਜੇ, ਸਿੱਧਾ ਫੋਨ ਕਰੋ, ਨਹੀਂ ਸੁਣਵਾਈ ਹੁੰਦੀ ਉਸੇ ਵੇਲੇ ਤੁਹਾਡੀ ਸੁਣਵਾਈ ਹੋਏਗੀ, ਠੀਕ ਆ ਜੀ। ਮੈਂ ਸਾਂਝ ਪਾਉਂਦਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਬੋਲੇ ਸੋਹਣਿਆਂ। ਆਮ ਆਦਮੀ ਪਾਰਟੀ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ। ਧੰਨਵਾਦ।